ਵਿਆਹੇ ਬੰਦਿਆਂ ਨੂੰ ਹਿਸਾਬ ਕਿਤਾਬ ਤਾਂ ਕਰਨਾ ਹੀ ਪੈਂਦਾ। ਅਸਲਾਮ ਅਲੈਕਮ। ਵਾਲੇਕਮ ਸਲਾਮ ਚਾਚੂ, ਆਓ ਐਂ ਬੈਸੋ। ਲੰਘ ਜਾ ਗਏ ਰਿਆ ਡਾਕਟਰ ਸਾਹਿਬ। ਬੈਸੇ ਚਾ ਬਲੇ ਖੈਰ ਸੁਖ ਹੈ, ਠੀਕ ਠਾਕ ਹੈ। ਸੇ ਠੀਕ ਬਸ ਲੋ ਕਰਮ ਜੀ ਦੇ ਤੇ ਗੈਰਾ ਨਾ ਕੋ ਦਰਦ ਨਿਕਲਾ ਜੀ। ਗੁਰਦਾ ਕੋ ਕਹਿ ਦਰਦ ਹੈ ਸਵੇਰਾ ਕਾ, ਮੇਰੀ ਜਾਨ ਤੰਗ ਕੀ ਵੇ ਡਾਕਟਰ ਸਾਹਿਬ ਤੇਰਾ ਕਾ ਉਮਬਦੂ ਮਾਤ ਚਾਚਾ। ਇਹ ਮਾਰੋ ਕੰਮ ਨਹੀਂ ਹੋਇਆ। ਮੇਰੋ ਭਾਈ ਹੈ ਜੋ ਮੋਸੀ ਕੋ ਪੂਤ ਹੈ, ਕਰ ਕੋ ਹੈ ਨਹੀਂ, ਮਿੰਨਾ ਆ ਕੇ ਉਪਰੂ ਅਸੂ ਸੋਰੋ। ਹਾਂ ਠੀਕ ਤੇ ਇਸਕੀ ਇਹ ਹਾਲਾਤ ਬੁਰੀ ਹੈ ਡਾਕਟਰ ਸਾਹਿਬ ਦੇ ਦਵਾ ਤਾਂ ਕਵਰ ਨਹੀਂ ਲੋੜ ਨਹੀਂ। ਆ ਮਿਤਕਾਂ ਜੋ ਬੈਠੋ ਡਾਕਟਰ ਸਾਹਿਬ ਫੇ ਸਾਰੇ ਅਸਰੋ ਹੈ ਦੇਖੋ ਹੁਣ ਬੈਸ ਰੇ। ਜਾਨ ਤਾਂ ਕੀ ਰਿਹਾ ਡਾਕਟਰ ਜੀ? ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਸ ਨਾਲ ਗੁਰਦਾ ਕੀ ਪਰੇਸ਼ਾਨੀ ਹੈ ਗਿਰਾ ਨਾ। ਜੀ ਜੀ ਕਿਤ ਰਹੇ ਜੀ? ਹਮ ਹਾਂ ਹਮ ਰਾਂ ਜੀ ਛੇਲਾ ਟਾਂਗਰੀ ਛੇਲੇ ਤੋਂ ਆਇਆ। ਅੱਛਾ ਜੀ ਜੀ ਇੱਕ ਮਿੰਟ ਉਹ ਫੋਨ ਕਰਾਂ ਤੇ ਫਿਰ ਬੰਦੋਬਸਤ ਕਰਾਂ ਇਹਨੂੰ। ਜੀ ਜੀ ਕੀ ਹੈ ਜੀ? ਇਹਦੇ ਦਰਦ ਹੈ? ਕੀ ਹੈ ਬੈਠਾ ਹੈ ਬੋ? ਹੈਲੋ ਬੈਠਾ ਨਾ ਤੈਨੂੰ ਹੈ ਗਲਾ ਮਾਲੇ ਦੇ ਡਾਕਟਰ ਕੋਲ ਆਇਆ ਵਾ ਨਾ ਖੜ। ਇੱਕ ਮਿੰਟ ਚਾਚਾ, ਇੱਕ ਮਿੰਟ ਗੱਲ ਕਰੋ। ਜੀ ਜੀ ਫੋਨ ਵਰ ਗੱਲ ਕਰੋ। ਸਵੇਰਾ ਦਾ ਟੁਰਿਆ ਮਨ ਜੀ ਦੇ ਅਰੇ ਨਿਕਾ ਕਰਿੰਜਾ ਕਾ ਨਾ, 2 ਮਿੰਟ ਸਬਰ ਰੱਖ ਨਾ, ਤੇਰੇ ਇਲਾਜ ਦਾਗਾ ਕਰ ਡਾਕਟਰ ਸਾਹਿਬ। ਦਰਦ ਹੈ, ਦਰਦ ਕਾ ਸੋਏ ਸਬਰ ਰੱਖ ਛੋੜੋ। ਅਸਲਾਮ ਅਲੈਕਮ ਡਾਕਟਰ ਮਨਜ਼ੂਰ, ਕੀ ਹਾਲ ਹੈ? ਹਾਂ ਦੋ ਦੋ ਬੰਦਾ ਆਇਆ, ਮਰੀਜ਼ ਹੈ ਕੋਈ? ਹਾਂ ਆਪਰੇਸ਼ਨ ਕਰਨਾ, ਆਪਰੇਸ਼ਨ ਗੁਰਦਾ ਕੋ। ਤਾਂ ਇਸ ਤਰ੍ਹਾਂ ਕਰੋ ਨਾ, ਮੇਰਾ ਜਿਹੜਾ ਫੈਰ ਹੈ ਨਾ ਆਪਰੇਸ਼ਨ ਵਾਲਾ, ਤਾਂ ਲੈ ਕੇ ਬਹਿ ਲਾਓ ਹੀ ਆਰੋ ਲਿਆ ਦੇ ਐਸੋ ਹੈ ਸਥਰੋ ਹੈ ਇੱਕ ਯਾਦ ਨਾਲ ਉਹ ਛੱਟ ਸੀੜੇ ਨਾਲੋਂ ਨੀ ਉਹ ਸੂਹ ਕੋੜਾ ਕੋ ਉਹ ਯੂ ਕੇ ਕਰੇਗਾ ਲੈ ਗਿਆ ਤੇ ਆਪ ਬੈਠ ਨਹੀਂ ਪੜਵਾਤੇ ਬੈਠ ਹੈ ਹੈ ਉਹ ਬੈਸ ਚਾਚਾ ਬੈਸ ਉਹ ਗੱਲ ਸੁਣੇ ਰਾ ਤੂੰ ਇੱਕ ਵਾੜਾ ਮੰਗੇ ਤੇ ਯੋ ਕੋ ਕਰੇ ਆਰਾ ਮੰਗੇ ਇਸਕੋ ਆਪਰੇਸ਼ਨ ਕਿਸ ਤਰ੍ਹਾਂ ਬੈ ਕੋ ਵੇ ਥੈਰ ਥੋੜਾ ਵੇ ਚਾਚਾ 2 ਮਿੰਟ ਸਬਰ ਰੱਖ ਨਹੀਂ ਨਹੀਂ ਉਹ ਬੈਸ ਚਾ ਨਹੀਂ ਨਹੀਂ ਮੇਰੀ ਉਹ ਗੱਲ ਦਾ ਸੁਣੋ ਨਾ ਚਾਚਾ ਠਹਿਰ ਠਹਿਰ ਦੇ ਸਹੀ ਨਾ ਚਾਚਾ ਦਾ ਜੱਟ ਬਲੋਰ ਫੱਟ ਬੈਜ ਤੇਰੀ।